ਬਾਬੇ ਉਹ ਸੌਣ ਤੋਂ ਪਹਿਲਾਂ ਦੁੱਧ ਪੀਣਾ ਬਹੁਤ ਜ਼ਰੂਰੀ ਹੈ। ਬਾਕੀ ਕੁੜੀਆਂ ਅੱਜ ਕੱਲ੍ਹ ਦੁੱਧ ਬਹੁਤ ਘੱਟ ਪੀਂਦੀਆਂ ਨੇ, ਦੁੱਧ ਘੱਟ ਪੀਂਦੀਆਂ ਨੇ ਅਤੇ ਫਰੂਟ ਫਰਾਟ ਬਹੁਤ ਘੱਟ ਖਾਂਦੀਆਂ। ਕੇਲਾ ਤਾਂ ਕੁੜੀਆਂ ਜਮੀ ਨਹੀਂ ਖਾਂਦੀਆਂ ਨਾ, ਕੇਲਾ ਜਮੀ ਨਹੀਂ ਖਾਂਦੀਆਂ, ਕੇਲੇ ਬੰਦਾ ਝਾੜ ਜਮੀ ਨਹੀਂ ਮਿਲ ਸਕਦੀਆਂ। ਤੈਨੂੰ ਤਾਂ ਪਤਾ ਉਹਦੀਆਂ ਪੰਜ ਚਾਰ ਸਹੇਲੀਆਂ ਹੈਗੀਆਂ ਨੇ। ਅਤੇ ਬਾਬੇ ਉਹ ਕੁੜੀਆਂ ਜ਼ਿਆਦਾ ਡਾਇਟ ਵੀ ਨਹੀਂ ਸਹੀ ਲੈ ਰਹੀਆਂ, ਅੱਜ ਕੱਲ੍ਹ ਫਾਸਟ ਫੂਡ ਖਾ ਰਹੀਆਂ ਨੇ ਵੱਧ ਤੋਂ ਵੱਧ। ਕੋਈ ਕੀ ਖਾਂਦੀ ਆ ਉਹ ਬਰਗਰ ਕੁਲਚਾ ਕੀ ਹੁੰਦਾ ਕਹਿ ਲਓ, ਬਰਗਰ ਕੁਲਚਾ ਨਿਊਡਲ ਰੋਲ, ਇੱਕ ਦੋ ਕੀ ਕਹਿੰਦਾ ਵੈਜ ਕ੍ਰਿਪਸੀ, ਪਤਾ ਨਹੀਂ ਕੀ ਇਹੋ ਜਿਹਾ ਕੁਛ ਖਾਈ ਜਾਂਦੇ ਰਹਿੰਦੇ ਆ ਅੜਲਾ ਸੜਲਮਾ। ਬਾਅਦ 'ਚ ਕੁੜੀਆਂ ਨੂੰ ਪ੍ਰੋਬਲਮ ਆਈ ਜਾਂਦੀ ਇਹਨਾਂ ਨੇ ਇਹੀ ਗੱਲ ਦੀ। ਅਤੇ 50% ਤੋਂ 50 ਕਿਹੜਾ ਬਾਈ, 80% ਕੁੜੀਆਂ ਗਲਤ ਡਾਇਟ ਲੈ ਰਹੀਆਂ ਨੇ। ਅਤੇ ਘੱਟ ਤੋਂ ਘੱਟ 70% ਕੁੜੀਆਂ 'ਚ ਖੂਨ ਘੱਟ ਹੈ, ਸਾਰਾ 4-4, 5-5 ਗ੍ਰਾਮ ਹੀ ਖੂਨ ਹੈ, 7-6 ਗ੍ਰਾਮ ਹੱਦ। ਕੁੜੀਆਂ 'ਚ ਜ਼ਿਆਦਾਤਰ ਦੇਖਿਆ ਖੂਨ ਮੰਨ ਲਾ ਵੀ 8-9-10 ਕੁ ਗ੍ਰਾਮ ਤੱਕ ਪਾਇਆ ਗਿਆ ਬਸ। ਜਦੋਂ ਕੁੜੀਆਂ 'ਚ ਮੈਂ ਕਹਿੰਦਾ 5-7% ਕੁੜੀਆਂ 'ਚ ਖੂਨ 12 ਗ੍ਰਾਮ ਪੂਰਾ ਹੋਊਗਾ। ਕੁੜੀਆਂ ਮਜੇ ਮੁੰਡੇ ਫਿਰ ਵੀ ਸਮਝਦਾਰ ਹੁੰਦੇ ਆ, ਮੁੰਡਿਆਂ ਦੇ ਪੋਟੇ ਤੱਕੜ ਹੁੰਦੇ ਆ, ਭੈਣ ਦੇ ਚਿਕਨ ਚੋਗਣ ਖਾਈ ਜਾਂਦੇ ਰਹਿੰਦੇ ਆ, ਹੋਰ ਪੂਰਾ ਕਰ ਲੈਂਦੇ ਆ। ਕੁੜੀਆਂ ਨਾ ਤਾਂ ਚਿਕਨ ਖਾਂਦੀਆਂ ਨਾ ਕੇਲਾ ਖਾਂਦੀਆਂ ਨੇ। ਡਾਇਟ ਦੇਖੋ ਜਿੱਥੋਂ ਸਭ ਤੋਂ ਵੱਧ ਫੈਟ ਮਿਲਦੀ ਹੈਗੀ, ਫੈਟ ਉਹਤੋਂ ਮੰਨ ਲਓ ਨੈਚੁਰਲੀ ਫੈਟ ਮਿਲਦੀ ਆ, ਵਾਧੂ ਫੈਟ ਨਹੀਂ ਮਿਲਦੀ। ਤੁਹਾਡੇ ਜ਼ਿਆਦਾ ਰੋਂਗ ਫੈਟ ਤਾਂ ਤੁਹਾਨੂੰ ਉਹ ਤੋਂ ਮਿਲਦੀ ਆ ਫਾਸਟ ਫੂਡ ਤੋਂ, ਉਹ ਤੁਹਾਡੇ ਮਾਸ ਨੂੰ ਐਂ ਫੁਲਾ ਦਿੰਦਾ ਅਤੇ ਉਹ ਕੁੜੀਆਂ ਮੋਟੀਆਂ ਹੋ ਜਾਂਦੀਆਂ ਨੇ। ਇੱਕ ਗੱਲ ਹੋਰ, ਕੇਲਾ ਵੀ ਚੂਸ ਕੇ ਖਾਇਆ ਕਰਨ, ਤੇਰੀ ਉਹ ਪੈਣ ਦੇ ਲਾਲਾ ਦਿੰਦੇ। ਬਾਬੇ ਉਹ ਗੱਲ ਦੇਖਣ 'ਚ ਆਈ ਹੈ ਬਹੁਤ, ਤਾਂ ਕਿਤੇ ਦੇਖਿਆ ਗਿਆ ਕਿ ਬਲੱਡ ਬੈਂਕ ਵੀ 100 ਕੁੜੀ ਖੂਨਦਾਨ ਕਰੀ ਜਾਂਦੀ ਹੈ, ਸਾਰੇ ਮੁੰਡੇ ਕਰਦੇ ਨੇ। ਕੁੜੀਆਂ 'ਚ ਤਾਂ ਖੂਨ ਪੂਰੇ ਨਹੀਂ ਹੋ ਰਿਹਾ, 10 ਗ੍ਰਾਮ ਤੋਂ ਉੱਤੇ ਬਹੁਤ ਘੱਟ ਕੁੜੀਆਂ 'ਚ ਖੂਨ ਹੈਗਾ। ਅਤੇ ਬਾਕੀ ਮੁੰਡਿਆਂ ਨੂੰ ਬੇਨਤੀ ਕੀਤੀ ਹੁੰਦੀ ਕਿ ਵੱਧ ਤੋਂ ਵੱਧ ਬਲੱਡ ਤੁਸੀਂ ਡੋਨੇਟ ਕਰਿਆ ਕਰੋ, ਅਤੇ ਤਾਂ 2-3 ਦਿਨ 'ਚ ਪੂਰਾ ਹੋ ਜਾਂਦਾ ਬਸ ਡਾਇਟ ਲੈ ਕੇ ਨੋਰਮਲ। ਅਤੇ ਤੁਸੀਂ ਸਹੀ ਗੱਲ ਆ ਜੀ, ਹਾਂ ਹੱਥ ਜੋੜ ਕੇ ਬੇਨਤੀ ਕੀਤੀ ਹੈ, ਚੱਲ ਜੋੜਾ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ, ਸਹੀ ਡਾਇਟ ਲਓ ਕੁੜੀਓ, ਸਹੀ ਡਾਇਟ ਲਓ। ਅਤੇ ਬਾਕੀ ਜਿਹੜੀ ਕੁੜੀ ਉਹਨੂੰ ਸਹੀ ਡਾਇਟ ਲਊਗੀ ਅਤੇ ਸਾਨੂੰ ਨਾ ਆਪਦੇ ਫੋਟੋ ਖਿੱਚ ਕੇ ਭੇਜੇ ਵੀ ਉਹ ਡਾਇਟ ਵੀ ਕਿਹੜੀ ਲੈ ਰਹੀ ਆ, ਅਸੀਂ ਉਹਨੂੰ ਇਨਾਮ ਦੇਵਾਂਗੇ ਜਿਹੜੀ ਕੁੜੀ ਫਾਸਟ ਫੂਡ ਨੂੰ ਛੱਡ ਕੇ, ਠੀਕ ਹੈ ਨਾ, ਫਰੂਟ ਖਾਊਗੀ, ਫਰੂਟ ਖਾਓ, ਸੈਲਡ ਖਾਓ, ਹੋਰ ਸੈਲਡ ਖਾਓ, ਗਾਜਰਾਂ ਕਦੇ ਪੱਟ ਲਓ, ਗਾਜਰ ਪੱਟ ਕੇ ਖਾ ਲਈ, ਕਦੇ ਸੱਗ ਮੁੱਲ ਪੱਟ ਕੇ ਖਾ ਲਿਆ, ਕਦੇ ਗੋਭੀ ਤੋੜ ਕੇ ਖਾ ਲਈ, ਐਸੀਆਂ ਚੀਜ਼ਾਂ ਖਾਓ। ਬਾਕੀ ਦੇਸੀ ਦੁੱਧ ਘਿਓ ਖਾਓ ਤੇ ਸਰੀਰ ਮੋਟਾ ਤੇ ਸਵਸਥ ਬਣਾਓ। ਜਾਵਾਂ, ਸਹੀ ਗੱਲ ਹੈ, ਸਹੀ ਗੱਲ ਹੈ, ਜਾਵਾਂ।